ਫਾਊਂਡੇਸ਼ਨ ਵੱਲੋਂ ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਤੇ ਵੀਜ਼ਾ ਦੀ ਐਕਸਪਰਟ ਗਾਈਡੈਂਸ ਲਈ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਤੇ ICCRC ਮੈਂਬਰ ਡਾਕਟਰ ਰਵੀ ਗਰਗ ਨੂੰ ਤੁਹਾਡੇ ਆਪਣੇ ਸ਼ਹਿਰ ਵਿੱਚ ਮਿਲਣ ਦਾ ਸੁਨਹਿਰੀ ਮੌਕਾ। 24 ਮਈ ਮੋਗਾ, 25 ਮਈ ਫਿਰੋਜ਼ਪੁਰ, 26 ਮਈ ਅੰਮ੍ਰਿਤਸਰ, 31 ਮਈ ਬਰਨਾਲਾ, 1 ਜੂਨ ਬਠਿੰਡਾ ਅਤੇ 2 ਜੂਨ ਪਟਿਆਲਾ। ਕੰਟੈਕਟ 70613 70613। ਇੱਕ ਸਵਿਚ ਦੇ ਸੁਰੱਖਿਆ ਦਾ ਵਾਅਦਾ ਨਿਰੋਲ ਇਲੈਕਟ੍ਰੀਕਲਸ ਕੇ ਸਾਥ। ਡਿਊਰੇਬਿਲਿਟੀ ਜ਼ਿਆਦਾ, ਬਿਲ ਆਧਾ। ਨਿਰੋਲ ਸਵਿਚਸ ਔਰ ਤਾਰ ਹੈ ISI ਸਰਟੀਫਾਈਡ। ਬਾਰਿਸ਼ ਹੋ ਯਾ ਰੋਜ਼ਮਰ੍ਹਾ ਕੀ ਸੀਲਨ, ਕਰੰਟ ਲਗਨੇ ਕਾ ਡਰ ਅਬ ਔਰ ਨਹੀਂ। ਨਿਰੋਲ ਵਾਇਰਸ ਔਰ ਕੇਬਲਸ ਹੈ ਨਾ, ਜੋ ਬਨੇ ਹੈ ਆਪਕੀ ਸੁਰੱਖਿਆ ਕੇ ਲੀਏ। ਨਿਰੋਲ, ਨਿਰੋਲ ਨਿਭਾਏ ਜੀਵਨ ਭਰ ਕਾ ਸਾਥ। ਇਸਨੇ ਪਿੰਡ ਵਿੱਚ ਕਾਇਮ ਕੀਤਾ ਏਕੇ ਵਾਲਾ ਮੰਚ। ਇਹ ਸਾਡਾ ਸਰਪੰਚ ਬੇਲੀਓ, ਇਹ ਸਾਡਾ ਸਰਪੰਚ, ਇਹ ਸਾਡਾ ਸਰਪੰਚ ਬੇਲੀਓ, ਇਹ ਸਾਡਾ ਸਰਪੰਚ, ਸਾਡਾ ਸਰਪੰਚ ਬੇਲੀਓ, ਸਾਡਾ ਸਰਪੰਚ ਬੇਲੀਓ, ਸਾਡਾ ਸਰਪੰਚ ਬੇਲੀਓ, ਸਾਡਾ ਸਰਪੰਚ ਬੇਲੀਓ। ਮੈਂ ਤਰਸੇਮ ਬਦਨ, ਪਿੰਡਾਂ ਦੇ ਵਿਕਾਸ ਤੇ ਸਮੱਸਿਆਵਾਂ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਾਡਾ ਸਰਪੰਚ। ਅੱਜ ਅਸੀਂ ਪੁੱਜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਗਿਆੜੀ ਵਿੱਚ। ਆਓ ਮਾਰਦੇ ਹਾਂ ਇਸ ਪਿੰਡ ਬਾਰੇ ਇੱਕ ਝਾਤ। ਪਿੰਡ ਬਗਿਆੜੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਭੋਗਪੁਰ ਤੋਂ 10 ਕਿਲੋਮੀਟਰ ਦੂਰ ਪਿੰਡ ਜੌੜਾ ਨਜ਼ਦੀਕ ਪਿੰਡ ਹੈ। ਬਗਿਆੜੀ ਪਿੰਡ ਦੀ ਆਬਾਦੀ 625 ਦੇ ਕਰੀਬ ਹੈ ਅਤੇ ਲਗਭਗ 400 ਵੋਟਰ ਹਨ। ਇਸ ਪਿੰਡ ਦੀ ਵਾਗਡੋਰ ਹੋਣਹਾਰ ਤੇ ਨੌਜਵਾਨ ਸਰਪੰਚ ਡਾਕਟਰ ਹਰਿੰਦਰਪਾਲ ਸਿੰਘ ਪਾਸ ਹੈ, ਜੋ ਦਿਨ ਰਾਤ ਆਪਣੇ ਸਾਥੀ ਪੰਚਾਂ ਤੇ ਨੌਜਵਾਨਾਂ ਨੂੰ ਲੈ ਕੇ ਪਿੰਡ ਦਾ ਵਿਕਾਸ ਕਰ ਰਹੇ ਹਨ। ਸਰਪੰਚ ਡਾਕਟਰ ਹਰਿੰਦਰਪਾਲ ਸਿੰਘ ਪੇਸ਼ੇ ਤੋਂ ਡੈਂਟਿਸਟ ਹਨ। ਜਿੱਥੇ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ, ਉੱਥੇ ਲੋੜਵੰਦ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਦੇ ਦੰਦਾਂ ਦਾ ਮੁਫ਼ਤ ਇਲਾਜ ਵੀ ਕਰਦੇ ਹਨ। ਕਿ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਬਾਣੀ ਦਾ ਇਹ ਫਰਮਾਨ ਹੈ ਕਿ ਜਿਹੜੇ ਇਨਸਾਨ ਆਪਣੇ ਆਪ ਨੂੰ ਗਵਾ ਕੇ ਦੂਜੇ ਦੀ ਸੇਵਾ ਕਰ ਜਾਂਦੇ ਹਨ ਅਤੇ ਉਹਦੀ ਉਸ ਦਰਗਾਹ ਦੇ ਵਿੱਚ ਵੀ ਸੇਵਾ ਪ੍ਰਵਾਨ ਹੋ ਜਾਂਦੀ ਹੈ। ਇਸ ਦੌਰ ਦੇ ਵਿੱਚ ਜੋ ਸਾਡੀ ਪੰਚਾਇਤ ਨੇ ਤਰੱਕੀਆਂ ਕੀਤੀਆਂ ਉਹਦੀ ਅਸੀਂ ਸਿਫਤ ਨਹੀਂ ਕਰ ਸਕਦੇ। ਇਹ ਲੋਕਾਂ ਦੇ ਮੂੰਹੋਂ ਸੁਣਦੇ ਹਾਂ ਕਿ ਇਸ ਦੌਰ ਦੇ ਵਿੱਚ ਇਹ ਜੋ ਵਿਕਾਸ ਪਿੰਡ ਦਾ ਹੋਇਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਹੋਇਆ ਹੈ। ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਇਹ ਨਗਰ ਰਿਣੀ ਹੈ, ਕਿਉਂਕਿ ਸਰਪੰਚ ਸਾਹਿਬ ਨੇ ਪਿੰਡ ਦੇ ਵਿੱਚੋਂ ਤਕਰੀਬਨ 50% ਜਿਹੜਾ ਉਹ ਗੰਦ ਆ ਜਿਹਦੇ ਨਾਲ ਬਿਮਾਰੀਆਂ ਫੈਲਦੀਆਂ ਉਹ ਚੱਕ ਦਿੱਤਾ ਹੈ ਅਤੇ 50% ਜਿਹੜਾ ਰਹਿੰਦਾ ਹੈ ਉਹ ਅਗਲੇ ਦੌਰ ਦੇ ਵਿੱਚ ਵੀ ਇਹ ਮੇਰੇ ਹਿਸਾਬ ਨਾਲ ਚੱਕਣਗੇ, ਕਿਉਂਕਿ ਇਹ ਨਗਰ ਦੇ ਸਾਰੇ ਦਾ ਆਸ਼ੀਰਵਾਦ ਹੈ। ਸਰਪੰਚ ਸਾਹਿਬ ਨੂੰ ਸੇਵਾ ਕੋ ਸੇਵਾਵਣ ਆਈ ਹੁਕਮ ਬੂਝ ਪਰਮ ਪਦ ਪਾਈ, ਇਸ ਦੇ ਉੱਪਰ ਨਹੀਂ ਵਿਚਾਰ ਜਾਂ ਕਿ ਮਨ ਵਸਿਆ ਨਨਕਾਰ, ਬੰਧਨ ਤੋਰ ਭੈ ਨਰਵੈਰ, ਆਨ ਦਿਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਜਿਹੜੇ ਇਨਸਾਨ ਸੇਵਾ ਕਰਦੇ ਹਨ ਲੋਕਾਂ ਦੇ ਲਈ, ਉਹਨਾਂ ਲਈ ਅਕਾਲ ਪੁਰਖ ਉਹਨਾਂ ਲਈ ਬਖਸ਼ਿਸ਼ਾਂ ਲੈ ਕੇ ਬੈਠਾ ਹੈ। ਇਸ ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਅਮਨ ਸ਼ਾਂਤੀ ਆਪਸੀ ਭਾਈਚਾਰੇ ਨਾਲ ਰਹਿੰਦੇ ਹਨ ਤੇ ਹਰ ਗੁਰਪੁਰਬ ਤੇ ਤਿਉਹਾਰ ਸਾਂਝੇ ਮਨਾਉਂਦੇ ਹਨ। ਇੱਥੇ 2 ਗੁਰਦੁਆਰਾ ਸਾਹਿਬ, ਚਰਚ ਅਤੇ ਮੰਦਰ ਹਨ। ਪਰਮੇਸ਼ਵਰ ਇਸ ਜਗ੍ਹਾ ਤੇ ਬਹੁਤ ਵੱਡੇ ਵੱਡੇ ਕੰਮ ਕਰਦਾ ਹੈ, ਕਿਉਂਕਿ ਇਹ ਨਗਰ ਸਾਡੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਪਰਮੇਸ਼ਵਰ ਦੀ ਸੇਵਾ ਕਰਦੇ ਹਾਂ ਔਰ ਸਾਰੇ ਧਰਮਾਂ ਦੇ ਲੋਕ ਔਰ ਸਭ ਇਸ ਜਗ੍ਹਾ ਤੇ ਆ ਕੇ ਉਹਦੀ ਮਹਿਮਾ ਕਰਦੇ ਆ, ਕਿਉਂਕਿ ਹਰੇਕ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦਾ ਨਾਮ ਹੋਣਾ ਜ਼ਰੂਰੀ ਹੈ। ਮੈਂ ਇਸ ਨਗਰ ਦੇ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਹੈ ਕਿ ਸਾਰੇ ਲੋਕਾਂ ਨੂੰ ਇੱਕਮੁੱਠ ਹੋ ਕੇ ਇਸ ਜਗ੍ਹਾ 'ਤੇ ਇਕੱਠੇ ਕੀਤਾ ਹੈ ਕਿ ਉਹ ਲੋਕ ਸਾਰੇ ਇੱਕ ਦੂਜੇ ਨਾਲ ਮੁਹੱਬਤ ਔਰ ਪਿਆਰ ਦੇ ਨਾਲ ਰਹਿ ਸਕਣ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਪੰਚ ਹਰਿੰਦਰ ਸਿੰਘ ਨੇ ਖੇਡਾਂ ਦੇ ਮੈਦਾਨ ਵੀ ਤਿਆਰ ਕੀਤੇ ਹਨ। ਇਸ ਪਿੰਡ ਦੇ ਕਈ ਕਬੱਡੀ ਖਿਡਾਰੀ ਅਤੇ ਹੋਰ ਵੱਖ ਵੱਖ ਖਿਡਾਰੀਆਂ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਸਾਡਾ ਪਿੰਡ ਇੱਕ ਹੁਸ਼ਿਆਰਪੁਰ ਦਾ ਆਖਰੀ ਪਿੰਡ ਹੋਣ ਕਰਕੇ ਕਾਫੀ ਪਿਛੜਿਆ ਹੋਇਆ ਸੀ, ਜਿੱਥੇ ਕਿ ਸਰਕਾਰਾਂ ਦੀ ਬਹੁਤ ਪਹੁੰਚ ਘੱਟ ਰਹੀ, ਪਰ ਜਦੋਂ ਤੋਂ ਅਸੀਂ ਪੰਚਾਇਤ ਸੰਭਾਲੀ ਉਦੋਂ ਤੋਂ ਅਸੀਂ ਵਿਕਾਸ ਪ੍ਰੋਜੈਕਟ ਜਿਹੜੇ ਆ ਜਿੰਨੇ ਆਰੰਭੇ ਸੀ ਉਹ ਅਸੀਂ ਲਗਭਗ 90% ਦੇ ਕੰਪਲੀਟ ਹੋਣ ਦੇ ਲਾਗੇ ਪਹੁੰਚੇ ਹਾਂ। ਅਸੀਂ ਗੱਲ ਕਰਦੇ ਹਾਂ ਜਦੋਂ ਪੰਚਾਇਤ ਹੋਂਦ ਵਿੱਚ ਆਈ ਤਾਂ ਸਾਡੀ ਰਾਸਤਗੋ ਵਾਲੀ ਸੜਕ ਜਿਹੜੀ ਆ ਉਹ 2.25 ਕਿਲੋਮੀਟਰ ਜਿਹਦੀ ਹਾਲਤ ਜਿਹੜੀ ਬਹੁਤ ਖਸਤਾ ਸੀ, ਅਸੀਂ ਉਹ ਬਣਾਉਣ ਦਾ ਉਪਰਾਲਾ ਕੀਤਾ, ਕਿਉਂਕਿ ਜੇ ਸਾਡੀ ਜਿਹੜੀ ਕਨੈਕਟੀਵਿਟੀ ਸ਼ਹਿਰਾਂ ਨੂੰ ਜਿਹੜੀਆਂ ਸੜਕਾਂ ਸਾਡੀਆਂ ਲੱਗਦੀਆਂ ਜਿੱਥੋਂ ਦੇ ਸਾਡੇ ਆਮ ਲੰਘੇ ਆ, ਜੇ ਉਹ ਹੀ ਖਰਾਬ ਹੋਣਗੀਆਂ ਤਾਂ ਸਾਡੇ ਲਈ ਸ਼ਹਿਰਾਂ ਨੂੰ ਜਾਣਾ ਜਿਹੜਾ ਉਹ ਬਹੁਤ ਔਖਾ ਹੋਊਗਾ। ਅਤੇ ਸਾਡਾ ਮੇਨ ਰੋਡ ਜਿਹੜਾ ਆ ਮੇਨ ਸ਼ਹਿਰ ਉਹ ਸਾਡਾ ਲਾਗੇ ਭੋਗਪੁਰ ਪੈਂਦਾ ਹੈਗਾ, ਜਿਹੜਾ 10 ਤੋਂ 15 ਮਿੰਟ ਦਾ ਸਾਡਾ ਰਸਤਾ ਲੱਗਦਾ ਸੀ ਟਾਈਮ, ਉਹਦੇ ਲਈ ਸਾਨੂੰ ਘੱਟੋ ਘੱਟ ਵੀ 1.25 ਘੰਟਾ ਲੱਗ ਜਾਂਦਾ ਸੀ।
ਉਹਨੂੰ ਕੰਪਲੀਟ ਕਰਾਉਣ ਦੇ ਵਿੱਚ ਸਾਡਾ PWD ਮਹਿਕਮੇ ਦੇ ਨਾਲ ਸੰਪਰਕ ਕਰਕੇ ਅਤੇ 18,75,000 ਦੀ ਉਹ ਗ੍ਰਾਂਟ ਜਿਹੜੀ ਆ ਉਹ ਸੜਕ ਜਿਹੜੀ ਬਣਾਉਣ ਦੇ ਵਿੱਚ ਲੱਗੀ। ਅਤੇ ਉਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਸੀ ਸਾਡਾ ਸ਼ਮਸ਼ਾਨ ਘਾਟ ਦਾ ਸੀ, ਉਹਦੇ ਲਈ ਸਾਨੂੰ 1,00,000 ਗ੍ਰਾਂਟ ਇੱਕ ਆਈ ਅਤੇ 75,000 ਰੁਪਇਆ ਗ੍ਰਾਂਟ ਇੱਕ ਆਈ। ਉਹਦੇ ਲਈ ਅਸੀਂ ਆਪਣੀ ਸਿਟਿੰਗ ਸ਼ੈੱਡ ਅਤੇ ਕ੍ਰੀਮੇਸ਼ਨ ਸ਼ੈੱਡ ਜਿਹੜੀ ਆ ਥੋੜ੍ਹੀ ਜਿਹੀ ਅਧੂਰੀ ਆ, ਉਹਨੂੰ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਉਹ ਸਾਨੂੰ ਪ੍ਰੋਜੈਕਟ ਲਈ ਥੋੜ੍ਹੇ ਪੈਸੇ ਮਿਲਣ ਅਤੇ ਅਸੀਂ ਉਹ ਵੀ ਕੰਪਲੀਟ ਕਰੀਏ। ਸਾਡੇ ਜਨਰਲ ਸ਼ਮਸ਼ਾਨ ਘਾਟ ਵੀ ਲਗਭਗ ਕੰਪਲੀਟ ਹੋ ਚੁੱਕਾ, ਉਹਦੇ ਲਈ ਵੀ ਸਾਡੇ ਅਸੀਂ NRI ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਤਹਿ ਦਿਲੋਂ ਸ਼ੁਕਰਾਨਾ ਤੈਅ ਕਰਦੇ ਹਾਂ ਵੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਅਤੇ ਉਹ ਸ਼ਮਸ਼ਾਨ ਘਾਟ ਵੀ ਬਿਲਕੁਲ ਬਹੁਤ ਵਧੀਆ ਸਿਟਿੰਗ ਸ਼ੈੱਡ ਵੀ ਬਣੀ ਹੋਈ ਆ ਅਤੇ ਕ੍ਰੀਮੇਸ਼ਨ ਸ਼ੈੱਡ ਵੀ ਜਿਹੜੀ ਆ ਉਹਦਾ ਥੋੜ੍ਹਾ ਜਿਹਾ ਅਧੂਰਾ ਕੰਮ ਆ ਉਹ ਵੀ ਜਲਦੀ ਤੋਂ ਜਲਦੀ ਪੂਰਾ ਕਰ ਲਿਆ ਜਾਵੇਗਾ ਅਤੇ ਉਹਦੀ ਬਾਉਂਡਰੀ ਜਿਹੜੀ ਆ ਮੁਕੰਮਲ ਹੋ ਚੁੱਕੀ ਆ। ਅਤੇ ਉਸ ਤੋਂ ਅੱਗੇ ਆਪਾਂ ਪਿੰਡ ਦੀਆਂ ਗਲੀਆਂ ਨਾਲੀਆਂ ਜਿਹੜੀਆਂ ਕਿ ਇੱਟਾਂ ਦੇ ਨਾਲ ਗਲੀਆਂ ਸੀਗੀਆਂ ਬਹੁਤ ਠਿੱਡੇ ਲੱਗਦੇ ਸੀ ਸਾਨੂੰ ਲੰਘਦਿਆਂ ਵੜਦਿਆਂ ਨੂੰ, ਉਹ ਕੰਕਰੀਟ ਸ਼ੁਰੂ ਕੀਤੀ ਆਪਾਂ ਕਿਉਂਕਿ ਜਦੋਂ ਬੱਚੇ ਸਕੂਲ ਨੂੰ ਜਾਂਦੇ ਸੀ ਤਾਂ ਉਹ ਗਲੀ ਦੀ ਹਾਲਤ ਜਿਹੜੀ ਖਸਤਾ ਹੋਣ ਕਰਕੇ ਅਸੀਂ ਪਹਿਲ ਜਿਹੜੀ ਆ ਉਧਰਲੇ ਪਾਸੇ ਦਿੱਤੀ ਵੀ ਬੱਚੇ ਜਿੱਥੋਂ ਦੀ ਲੰਘ ਕੇ ਜਾਂਦੇ ਆ ਉਹ ਸਾਡੇ ਬੱਚੇ ਸੁਰੱਖਿਅਤ ਹੋਣ। ਉਹਨਾਂ ਦੀ ਸੁਰੱਖਿਅਤ ਤਦ ਹੀ ਆ ਜੇ ਆਪਾਂ ਨੂੰ ਚੰਗੀਆਂ ਸੜਕਾਂ ਦੇਵਾਂਗੇ, ਚੰਗੀਆਂ ਗਲੀਆਂ ਦੇਵਾਂਗੇ। ਅਤੇ ਉਹ ਅਸੀਂ ਸਕੂਲ ਵੱਲੋਂ ਜਿੱਦਾਂ ਹੀ ਬਣਾਉਣਾ ਸ਼ੁਰੂ ਕੀਤਾ ਪਿੰਡ ਨੂੰ ਆਪਾਂ ਵਿਕਾਸ ਜਿਹੜਾ ਇੱਕ ਪਾਸੇ ਤੋਂ ਆਉਂਦੇ ਆਉਂਦੇ ਅਸੀਂ ਲਗਭਗ 70-75% ਜਿਹੜਾ ਟੋਟਲ ਜਿਹੜੀ ਆਬਾਦੀ ਆ ਉਹਨੂੰ ਹੁਣ ਤੱਕ ਆਪਾਂ ਗਲੀਆਂ ਨਾਲੀਆਂ ਦੇ ਕੰਮਾਂ ਵੱਲ ਸਾਨੂੰ ਮੈਨੂੰ ਲੱਗਦਾ ਵੀ ਅਗਲੇ 15 ਸਾਲ ਸਾਨੂੰ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਹੁਣ ਲੋੜ ਨਹੀਂ। ਅਤੇ ਜਨਰਲ ਆਬਾਦੀ ਵੱਲ ਸਾਡੀਆਂ ਥੋੜ੍ਹੀਆਂ ਗਲੀਆਂ ਜਿਹੜੀਆਂ ਰਹਿੰਦੀਆਂ ਹੈਗੀਆਂ ਉਹ ਵੀ ਅਸੀਂ ਬਹੁਤ ਉਹ ਜਲਦੀ ਤੋਂ ਜਲਦੀ ਬਣਨ, ਸਰਕਾਰਾਂ ਨੂੰ ਬੇਨਤੀ ਕਰਾਂਗੇ ਉਹ ਸਾਡੀਆਂ ਗਰਾਂਟਾਂ ਜਿਹੜੀਆਂ ਜਲਦੀ ਭੇਜਣ ਤਦ ਕਿ ਅਸੀਂ ਉਹ ਵੀ ਕੰਪਲੀਟ ਕਰੀਏ। ਪਾਇਨੀਅਰ ਇਮੀਗ੍ਰੇਸ਼ਨ ਵੱਲੋਂ ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਤੇ ਵੀਜ਼ਾ ਦੀ ਐਕਸਪਰਟ ਗਾਈਡੈਂਸ ਲਈ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਤੇ ICCRC ਮੈਂਬਰ ਡਾਕਟਰ ਰਵੀ ਗਰਗ ਨੂੰ ਤੁਹਾਡੇ ਆਪਣੇ ਸ਼ਹਿਰ ਵਿੱਚ ਮਿਲਣ ਦਾ ਸੁਨਹਿਰੀ ਮੌਕਾ। 24 ਮਈ ਮੋਗਾ, 25 ਮਈ ਫਿਰੋਜ਼ਪੁਰ, 26 ਮਈ ਅੰਮ੍ਰਿਤਸਰ, 31 ਮਈ ਬਰਨਾਲਾ, 1 ਜੂਨ ਬਠਿੰਡਾ ਅਤੇ 2 ਜੂਨ ਪਟਿਆਲਾ। ਕੰਟੈਕਟ 70-613-7613। ਇਸ ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ ਜਿੱਥੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਗੱਲ ਜੇ ਪਿੰਡ ਦੇ ਵਿਕਾਸ ਦੀ ਕਰੀਏ ਤਾਂ ਪਿਛਲੇ 5 ਸਾਲਾਂ ਵਿੱਚ ਪੂਰੇ ਜ਼ੋਰਾਂ ਸ਼ੋਰਾਂ 'ਤੇ ਜਿਹੜਾ ਹੈਗਾ ਵਿਕਾਸ ਦਾ ਕੰਮ ਚੱਲਿਆ ਆ। ਸਾਡੇ ਸਰਪੰਚ ਸਾਹਿਬ ਡਾਕਟਰ ਹਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਪਿੰਡ ਦਾ ਬਿਲਕੁਲ ਨੁਹਾਰ ਬਦਲ ਦਿੱਤੀ ਆ 5 ਸਾਲਾਂ ਦੇ ਵਿੱਚ। ਸਾਡੀਆਂ ਪਿੰਡ ਦੀਆਂ ਗਲੀਆਂ ਜਿਹੜੀਆਂ ਹੈਗੀਆਂ ਕੰਕਰੀਟ ਦੀਆਂ ਬਣ ਚੁੱਕੀਆਂ ਆ, ਪਹਿਲਾਂ ਇੱਟਾਂ ਦੀਆਂ ਹੁੰਦੀਆਂ, ਬਹੁਤ ਟੁੱਟ ਭੱਜ ਹੁੰਦੀ ਸੀ। ਸਾਰੀਆਂ ਨਾਲੀਆਂ ਦੇ ਵਿੱਚ ਪਾਈਪ ਵਿਛੇ ਹੋਏ ਆ, ਕੋਈ ਵੀ ਨਾਲੀ ਜਿਹੜੀ ਹੈਗੀ ਆ ਤੁਹਾਨੂੰ ਇੱਦਾਂ ਮਤਲਬ ਬਿਲਕੁਲ ਨੰਗੀ ਨਹੀਂ ਮਿਲੂਗੀ, ਬਿਲਕੁਲ ਕਵਰ ਕੀਤੀ ਹੋਈ ਆ। ਲਗਭਗ ਬਹੁਤ ਜ਼ਿਆਦਾ ਵਿਕਾਸ ਮੈਨੂੰ ਲੱਗਦਾ ਕਿ ਪਿੰਡ ਦਾ ਹੈਗਾ। ਪਿੰਡ ਦੇ ਵਿਕਾਸ ਲਈ ਸਰਪੰਚ ਹਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਨਰੇਗਾ ਮਜ਼ਦੂਰ ਆਪਣੇ ਯੋਗਦਾਨ ਨਾਲ ਪਿੰਡ ਦੀ ਨੁਹਾਰ ਬਦਲ ਰਹੇ ਹਨ। ਇਸ ਪਿੰਡ ਵਿੱਚ ਸੋਲਰ ਲਾਈਟਾਂ, ਪੱਕੀਆਂ ਗਲੀਆਂ ਅਤੇ ਨਾਲੀਆਂ ਢੱਕੀਆਂ ਹੋਈਆਂ ਹਨ ਤਾਂ ਕਿ ਮੱਛਰਾਂ ਤੋਂ ਬਚਾਅ ਹੋ ਸਕੇ। ਪਿੰਡ ਦੀ ਨੁਹਾਰ ਬਦਲਣ ਵਿੱਚ NRI ਵੀਰ ਹਮੇਸ਼ਾ ਹੀ ਅੱਗੇ ਰਹਿੰਦੇ ਹਨ। ਬਹੁਤੇ NRI ਵੀਰ ਜੋ ਫੰਡ ਭੇਜਦੇ ਹਨ ਆਪਣਾ ਨਾਂ ਵੀ ਗੁਪਤ ਰੱਖਦੇ ਹਨ। ਪਿਛਲੇ 60-70 ਸਾਲ ਤੋਂ ਸਾਡਾ ਇਹੀ ਰੌਲਾ ਸੀ ਵੀ ਅਸੀਂ ਜਿਹੜਾ ਪਾਣੀ ਦਾ ਨਿਕਾਸ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਕਿਸੇ ਵੀ ਪਿੰਡ ਦੇ ਵਿੱਚ ਜੇ ਆਪਾਂ ਬਿਮਾਰੀਆਂ ਤੋਂ ਦੂਰ ਰਹਿਣਾ, ਮੱਛਰਾਂ ਤੋਂ ਦੂਰ ਰਹਿਣਾ, ਮੱਖੀਆਂ ਨਾ ਪਨਪਣ, ਅਤੇ ਉਹਦੇ ਲਈ ਸਾਨੂੰ ਆਪਣੇ ਪਾਣੀ ਦਾ ਜਿਹੜਾ ਨਿਕਾਸ ਆ ਉਹ ਬਹੁਤ ਵੱਡੇ ਛੱਪੜ ਨੂੰ ਜਾਣਾ ਜਿਹੜਾ ਬਹੁਤ ਜ਼ਰੂਰੀ ਬਣਦਾ ਸੀ। ਲਗਭਗ ਮੇਰੇ NRI ਵੀਰਾਂ ਕਰਕੇ, ਕਿਉਂਕਿ ਪੰਚਾਇਤ ਲਈ ਉਹਦੇ ਕੋਲ ਕੰਪਲੀਟ ਕਰਨ ਲਈ ਕੋਈ ਐਡੀ ਗ੍ਰਾਂਟ ਨਹੀਂ ਸੀ, ਇੱਕ ਕੱਚੇ ਨਾਲੇ ਦੀ ਗ੍ਰਾਂਟ ਜਿਹੜੀ ਆਈ ਸੀ ਉਹ ਆਪਾਂ ਕੱਚਾ ਨਾਲਾ ਪੱਟਣ ਲਈ ਖਰਚ ਦਿੱਤੀ ਸੀ ਅਤੇ ਪੱਕਾ ਕਰਨ ਲਈ ਸਾਨੂੰ ਸਰਕਾਰਾਂ ਕੋਲੋਂ 1 ਰੁਪਏ ਦੀ ਵੀ ਉਹ ਕੋਈ ਗ੍ਰਾਂਟ ਨਹੀਂ ਆਈ। ਪੱਕਾ ਕਰਨ ਲਈ ਸਾਡੇ NRI ਵੀਰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਖੜ੍ਹੇ ਹੋਏ ਅਤੇ ਜਿਹੜਾ ਪ੍ਰੋਜੈਕਟ ਸਾਨੂੰ ਸਾਲਾਂ ਦਾ ਲੱਗਦਾ ਸੀ ਉਹ ਕੋਈ 1.5 ਤੋਂ 2 ਮਹੀਨੇ ਵਿੱਚ ਹੀ ਕੰਪਲੀਟ ਹੋ ਗਿਆ। ਅਤੇ ਛੱਪੜ ਦੇ ਵਿੱਚ ਜਿਹੜਾ ਆ ਉਹ ਹਜੇ ਸਾਡੇ ਜਿਹੜੇ ਆ 3 ਖੂਹ ਬਣਾਉਣੇ ਆ ਉਹ ਸਾਡੇ ਬਾਕੀ ਹੈਗੇ ਆ, ਬਾਕੀ ਦਾ ਪ੍ਰੋਜੈਕਟ ਜਿਹੜਾ ਲਗਭਗ ਕੰਪਲੀਟ ਹੋ ਗਿਆ। ਅਤੇ ਮੈਂ ਇਹਦਾ ਜਿਹੜਾ ਤਹਿ ਦਿਲੋਂ ਸ਼ੁਕਰਾਨਾ ਮੈਂ ਆਪਣੇ NRI ਵੀਰਾਂ ਦਾ ਕਰਦਾ, ਕਿਉਂਕਿ ਐਡਾ ਵੱਡਾ ਪ੍ਰੋਜੈਕਟ ਪੰਚਾਇਤ ਲਈ ਜਿਹੜਾ ਸਿਰੇ ਚਾੜਨਾ ਉਹ ਬਹੁਤ ਜ਼ਿਆਦਾ ਔਖਾ ਸੀ, ਪਰ ਉਹਨਾਂ ਨੇ ਜਦੋਂ ਸਾਡੇ ਨਾਲ ਮੋਢਾ ਮੇਰੇ NRI ਵੀਰਾਂ ਨੇ ਜੋੜਿਆ ਅਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਉਹ ਸਾਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਤੇ ਇੱਕ ਲਿਮਿਟਡ ਜਿਹੇ ਟਾਈਮ ਪੀਰੀਅਡ ਵਿੱਚ ਪੂਰਾ ਕਰਨ ਦੇ ਵਿੱਚ ਬਹੁਤ ਮਦਦ ਮਿਲੀ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਅਤੇ ਅੱਗੇ ਤੋਂ ਵੀ ਆਸ ਕਰਦਾ ਹਾਂ ਵੀ ਜਿਹੜੇ ਵੀ ਸਾਡੇ ਹੋਰ ਥੋੜ੍ਹੇ ਪ੍ਰੋਜੈਕਟ ਜਿਹੜੇ ਸਾਡੇ ਰਹਿ ਗਏ ਆ
ਉਹ ਵੀ ਸਾਡੀ ਉਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਵਿੱਚ ਹੈਲਪ ਕਰਨਗੇ। ਸਰਪੰਚ ਡਾਕਟਰ ਹਰਿੰਦਰ ਸਿੰਘ ਦਾ ਵਾਅਦਾ ਹੈ ਕਿ ਉਹ ਪਿੰਡ ਦਾ ਅਜਿਹਾ ਵਿਕਾਸ ਕਰਨਗੇ ਜਿਸ ਨਾਲ ਇਹ ਪਿੰਡ ਪੰਜਾਬ ਲਈ ਇੱਕ ਮਿਸਾਲ ਬਣ ਸਕੇ। ਸਰਪੰਚ ਹਰਿੰਦਰ ਸਿੰਘ ਵਾਂਗ ਜੇ ਅਸੀਂ ਸੱਚਮੁੱਚ ਸੋਚਣ ਲੱਗੀਏ ਤਾਂ ਸਾਡੇ ਇਹ ਪਿੰਡ ਦੁਨੀਆਂ ਵਿੱਚ ਨਾਂ ਪੈਦਾ ਕਰ ਸਕਦੇ ਹਨ। ਪਿੰਡ ਬਗਿਆੜੀ ਬਾਰੇ ਸਾਡੀ ਗੱਲਬਾਤ ਜਾਰੀ ਰਹੇਗੀ। ਅਗਲੇ ਹਫ਼ਤੇ ਫਿਰ ਮਿਲਦੇ ਹਾਂ ਇਸੇ ਪਿੰਡ ਦੀ ਕੜੀ ਨੂੰ ਲੈ ਕੇ। ਪਾਇਨੀਅਰ ਇਮੀਗ੍ਰੇਸ਼ਨ ਵੱਲੋਂ ਕੈਨੇਡਾ ਸਟੱਡੀ ਵੀਜ਼ਾ ਸੈਮੀਨਾਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਤੇ ਵੀਜ਼ਾ ਦੀ ਐਕਸਪਰਟ ਗਾਈਡੈਂਸ ਲਈ ਕੈਨੇਡਾ ਗਵਰਨਮੈਂਟ ਤੇ ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਤੇ ICCRC ਮੈਂਬਰ ਡਾਕਟਰ ਰਵੀ ਗਰਗ ਨੂੰ ਤੁਹਾਡੇ ਆਪਣੇ ਸ਼ਹਿਰ ਵਿੱਚ ਮਿਲਣ ਦਾ ਸੁਨਹਿਰੀ ਮੌਕਾ। 24 ਮਈ ਮੋਗਾ, 25 ਮਈ ਫਿਰੋਜ਼ਪੁਰ, 26 ਮਈ ਅੰਮ੍ਰਿਤਸਰ, 31 ਮਈ ਬਰਨਾਲਾ, 1 ਜੂਨ ਬਠਿੰਡਾ ਅਤੇ 2 ਜੂਨ ਪਟਿਆਲਾ। ਕੰਟੈਕਟ 70613 70613। एक एक स्विच दे सुरक्षा का वादा निरोल इलेक्ट्रिकल्स के साथ। ड्यूरेबिलिटी ज्यादा, बिल आधा। निरोल स्विचेस और तार हैं ISI सर्टिफाइड। बारिशों या रोजमर्रा की सीलन, करंट लगने का डर अब और नहीं। निरोल वायर्स और केबल्स है ना, जो बने हैं आपकी सुरक्षा के लिए। निरोल, निरोल निभाए जीवन भर का साथ। ये प्रोग्राम तुहानू किस तरह लगा तुसी अपनी राय ਇਹਨਾਂ ਨੰਬਰਾਂ ਤੇ ਦਿਓ। ਸਾਡੇ ਨੰਬਰ ਹਨ 9851 27 630, 88727 5277, 97 796 2788।